ਭੱਜ ਰਹੇ ਇਹ ਲੁਟੇਰੇ ਨੇ ਜੋ ਸੀਸੀਟੀਵੀ 'ਚ ਕੈਦ ਹੋ ਗਏ ਨੇ। ਇਸ ਯਾਤਰੀ ਕਿਸਾਨ ਨੂੰ ਬੜੀ ਹੀ ਚਲਾਕੀ ਨਾਲ ਲੁੱਟ ਕੇ ਲੈ ਗਏ। ਮਾਮਲਾ ਗਿੱਦੜਬਾਹਾ ਦਾ ਹੈ। ਪਿੰਡ ਸਮਾਗ ਦਾ ਕਿਸਾਨ ਜਗਜੀਤ ਸਿੰਘ ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣ ਆਇਆ ਸੀ, ਜਿੱਥੇ ਇਹ ਸ਼ਾਤਿਰ ਉਸ ਨੂੰ ਮਿਲੇ। ਇਹਨਾਂ ਨੇ ਕਿਸਾਨ ਦੇ ਹੱਥ 'ਚ ਨਕਦੀ ਦੇਖੀ ਅਤੇ ਫਿਰ ਉਸ ਨੂੰ ਇਹ ਕਿਹਾ ਕਿ ਉਹ ਛੋਟੇ ਨੋਟ ਉਹਨਾਂ ਨੂੰ ਦੇ ਦੇਵੇ ਅਤੇ ਵੱਡੇ ਨੋਟ ਲੈ ਲਵੇ। ਕਿਸਾਨ ਇਹਨਾਂ ਦੀਆਂ ਗੱਲਾਂ 'ਚ ਆ ਗਿਆ ਅਤੇ ਜਿਵੇਂ ਹੀ ਬਾਹਰ ਪੈਸੇ ਫੜਾਏ ਤੇ ਇਹ ਸ਼ਾਤਿਰ ਉਸ ਦੀ 80,000 ਦੀ ਨਕਦੀ ਲੈ ਕੇ ਉੱਠ ਗਏ। ਘਟਨਾ ਜੀ, ਮੈਂ ਆਪਦੇ ਸੇਠ ਤੋਂ ਪੈਸੇ ਲੈ ਕੇ ਜੀ ਬੈਂਕ 'ਚ ਲਿਮਟ ਦਾ ਵਿਆਜ ਜਮ੍ਹਾਂ ਕਰਾਉਣ ਵਾਸਤੇ ਗਿਆ ਸੀਗਾ ਜੀ। ਉਹ ਬੰਦੇ ਮੇਰੇ ਨਾਲ ਲਾਈਨ 'ਚ ਲੱਗੇ ਸੀਗੇ ਜੀ। ਕੇਰਾਂ ਮੈਨੂੰ ਉਹਨਾਂ ਨੇ ਐਂ ਆਖਿਆ ਵੀ ਆਹਦੇ ਯਾਰ ਸਾਥੋਂ ਛੋਟੇ ਨੋਟ ਸਾਨੂੰ ਦੇ ਦੇ, ਵੱਡੇ ਲੈ ਲਾ, ਸਾਡੇ ਵਿਆਹ ਹੈ। ਮੇਰੇ ਮੋਢੇ 'ਤੇ ਹਾਥੀ ਆ ਮਾਰ ਕੇ ਮੈਨੂੰ ਬਾਹਰ ਨੂੰ ਲਿਆਏ। ਉਸ ਤੋਂ ਬਾਅਦ ਨਹੀਂ ਮੇਰੇ ਨਾਲ ਮੈਨੂੰ ਤੋਰੀ ਫਿਰੇ ਹੈ। ਉਸ ਤੋਂ ਬਾਅਦ ਨਹੀਂ ਮੇਰੇ ਨਾਲ ਪਤਾ ਲੱਗਿਆ ਵੀ ਮੈਨੂੰ ਕੀ ਕੀਤਾ। ਜਦੋਂ ਭੱਜੇ ਆ ਮੈਂ ਮਗਰ ਭੱਜਿਆ ਉਹਨਾਂ ਨੇ। ਕਿੰਨੇ ਪੈਸੇ ਸੀ? 80,000 ਰੁਪਇਆ ਸੀ। ਕਿੰਨੇ ਬੰਦੇ ਲੁਟੇਰੇ? ਜਿਵੇਂ ਹੀ ਪੈਸੇ ਲੈ ਕੇ ਭੱਜੇ ਤਾਂ ਕਿਸਾਨ ਵੀ ਲੁਟੇਰਿਆ ਮਗਰ ਭੱਜਿਆ। ਕਿਸਾਨ ਨੇ ਇੱਕ ਵਾਹਨ ਚਾਲਕ ਦੀ ਮਦਦ ਵੀ ਮੰਗੀ ਪਰ ਮਦਦ ਨਹੀਂ ਮਿਲੀ। ਇੰਨੇ 'ਚ ਲੁਟੇਰੇ ਫੁਰ ਹੋ ਚੁੱਕੇ ਸਨ। ਹੁਣ ਪੁਲਿਸ ਸ਼ਾਤਿਰਾਂ ਦੀ ਭਾਲ 'ਚ ਜੁੱਟ ਗਈ ਹੈ ਅਤੇ ਵੱਖ ਵੱਖ ਟੀਮਾਂ ਬਣਾ ਕੇ ਅਸੀਂ ਉਹਨਾਂ ਦੀ ਤਲਾਸ਼ ਕਰ ਰਹੇ ਹਾਂ ਅਤੇ ਜਲਦੀ ਤਲਾਸ਼ ਕਰਕੇ ਬਣਦੀ ਕਾਰਵਾਈ ਕਰਦੇ ਹਾਂ। ਸੀਸੀਟੀਵੀ 'ਚ ਲੁਟੇਰਿਆਂ ਦੇ ਚਿਹਰੇ ਤਾਂ ਸਾਫ਼ ਨਹੀਂ ਦਿਖ ਰਹੇ ਪਰ ਗੱਡੀ ਦਾ ਨੰਬਰ ਜ਼ਰੂਰ ਦਿਖਾਈ ਦੇ ਰਿਹਾ ਹੈ। ਗੱਡੀ ਦਾ ਨੰਬਰ ਮਿਲ ਗਿਆ ਅਤੇ ਪੁਲਿਸ ਸ਼ਾਤਿਰ ਲੁਟੇਰਿਆਂ ਨੂੰ ਵੀ ਦਬੋਚ ਲਵੇ। ਸ਼੍ਰੀ ਮੁਕਤਸਰ ਸਾਹਿਬ ਤੋਂ ਕੁਲਦੀਪ ਸਿੰਘ, ਜਗਬਾਣੀ ਟੀਵੀ।